ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਬਣਾਏਂਗੇ ਕਰੇਲੇ, ਭਰਵੇਂ ਕਰੇਲੇ ਪਿਆਜ਼ ਵਾਲੇ। ਪਹਿਲਾਂ ਇਹਨਾਂ ਨੂੰ ਛਿੱਲਾਂਗੇ ਅਤੇ ਇਸ ਤਰ੍ਹਾਂ ਛਿੱਲਾਂਗੇ, ਪਤਲੀ ਪਤਲੀ ਛਿਲ ਤਾਰਨੀ ਆ। ਫਿਰ ਇਹਨਾਂ ਨੂੰ ਵਿੱਚ ਚੀਰਾ ਦੇਵਾਂਗੇ, ਚੀਰਾ ਦੇ ਕੇ ਇਹਨਾਂ ਨੂੰ ਖੋਲ੍ਹ ਦੇਣੇ ਚੰਗੀ ਤਰ੍ਹਾਂ। ਅਤੇ ਜੇ ਅਗਰ ਪੱਕੇ ਬੀਜ ਆ ਬਾਹਰ ਕੱਢ ਦੇਣੇ ਆ, ਕੱਚੇ ਬੀਜ ਆ ਤਾਂ ਰੱਖ ਲੈਣੇ ਆ। ਵਿੱਚ ਲੂਣ ਭਰ ਦੇਣਾ ਵਾ, ਸਾਰੇ ਕਰੇਲਿਆਂ ਦੇ ਵਿੱਚ ਲੂਣ ਭਰ ਕੇ ਇਹਨਾਂ ਨੂੰ 2 ਘੰਟੇ ਇਸ ਤਰ੍ਹਾਂ ਲੂਣ ਲੱਗਾ ਰਹਿਣ ਦੇਣਾ ਹੈ। ਤਾਂ ਇਹਨਾਂ ਨੂੰ ਲੂਣ ਲੱਗੇ ਤੋਂ ਬਾਅਦ ਅਤੇ 2 ਘੰਟਿਆਂ ਬਾਅਦ ਇਹਨਾਂ ਨੂੰ ਪਾਣੀ ਦੇ ਵਿੱਚ ਧੋ ਦੇਣੇ ਆ। ਧੋਣ ਨਾਲ ਇਹਨਾਂ ਦਾ ਕੌੜਾਪਣ ਖਤਮ ਹੋ ਜਾਏਗਾ ਅਤੇ ਨਾਲੇ ਲੂਣ ਨਿਕਲ ਜਾਏਗਾ। ਚੰਗੀ ਤਰ੍ਹਾਂ ਇਹਨਾਂ ਨੂੰ ਧੋ ਕੇ ਬਾਹਰ ਕੱਢਣਾ ਹੈ ਅਤੇ ਕੱਢ ਕੇ ਬਾਹਰ ਇਹਨਾਂ ਨੂੰ ਇਸ ਤਰ੍ਹਾਂ ਨਾਲ ਨਾਲ ਖੜ੍ਹੇ ਕਰ ਦੇਣਾ ਹੈ। ਖੜ੍ਹੇ ਕਰਕੇ ਇਹਨਾਂ ਦਾ ਪਾਣੀ ਉੱਚੜ ਜਾਏਗਾ, ਸਾਰਾ ਪਾਣੀ ਉੱਚੜ ਜਾਏਗਾ ਅਤੇ ਫਿਰ ਇਹਨਾਂ ਨੂੰ ਫਰਾਈ ਕਰਨਾ ਸੌਖਾ ਹੋ ਜਾਏਗਾ। ਆਪਾਂ ਨੇ ਕੜਾਹੀ ਰੱਖ ਲਈ ਆ, ਕੜਾਹੀ ਦੇ ਵਿੱਚ ਸਰ੍ਹੋਂ ਦਾ ਤੇਲ ਪਾ ਲਿਆ। ਸਰ੍ਹੋਂ ਦਾ ਤੇਲ ਗਰਮ ਹੋ ਗਿਆ, ਵਿੱਚ ਕਰੇਲੇ ਛੱਡ ਕੇ। ਕਰੇਲੇ ਵੇਖੋ ਹੁਣ ਲੱਗ ਚੰਗੀ ਤਰ੍ਹਾਂ ਐਨ ਭੁੱਜ ਰਹੇ ਆ, ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲੈਣਾ ਹੈ, ਥੋੜ੍ਹੇ ਲਾਲ ਕਰ ਲੈਣੇ ਆ। ਜ਼ਿਆਦਾ ਜ਼ਿਆਦਾ ਨਹੀਂ ਭੁੰਨਣੇ ਹੈਗੇ, ਕੌੜੇ ਵੀ ਨਹੀਂ ਕਰਨੇ, ਲਾਲ ਕਰਕੇ ਕੱਢਣੇ ਆ। ਲਾਲ ਹੋ ਗਏ ਹੁਣ ਇਹਨਾਂ ਨੂੰ ਬਾਹਰ ਕੱਢਣਾ ਹੈ। ਤਾਂ ਇਹਨਾਂ ਨੂੰ ਬਾਹਰ ਕੱਢ ਲੈਣਾ ਹੈ। ਬਾਹਰ ਕੱਢ ਕੇ ਇਹਨਾਂ ਨੂੰ ਇਹ ਠੰਡੇ ਹੋ ਜਾਣਗੇ ਇਹਨਾਂ ਨੂੰ। ਤਾਂ ਇਸੇ ਤੇਲ ਦੇ ਵਿੱਚ ਆਪਾਂ ਨੇ ਪਿਆਜ਼ ਭੁੰਨ ਲੈਣੇ ਆ। ਅਗਰ ਤੇਲ ਜ਼ਿਆਦਾ ਹੈ ਤਾਂ ਤੇਲ ਘੱਟ ਕਰ ਲਓ। ਤੇਲ ਘੱਟ ਕਰ ਲਿਆ ਤਾਂ ਇਸੇ ਤੇਲ ਦੇ ਵਿੱਚ ਹੁਣ ਆਪਾਂ ਪਾਵਾਂਗੇ ਜੀਰਾ ਅਤੇ ਹਿੰਗ, ਹੁਣ ਬਾਤੇ ਪਿਆਜ਼। ਪਿਆਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ, ਚੰਗੀ ਤਰ੍ਹਾਂ ਮਿਕਸ ਕਰਨੇ ਆ। ਤਾਂ ਪਾਤੀ ਹਰੀ ਮਿਰਚ, ਤਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅਤੇ ਅੱਛੀ ਤਰ੍ਹਾਂ ਇਹਨੂੰ ਕਰਕੇ ਸਾਰਾ ਭੁੰਨ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਹਿਲਾ ਹਲੂ ਕੇ ਇਸੇ ਤਰ੍ਹਾਂ ਅਤੇ ਇੰਨਾ ਕੁਛ ਲਾਲ ਦੇਖੋ ਕੁਛ ਲਾਲੀ 'ਚ ਹੋ ਗਏ ਪਿਆਜ਼। ਹੁਣ ਇਹਨਾਂ ਦੇ ਵਿੱਚ ਆਪਾਂ ਨੇ ਪਾ ਦੇਣਾ ਟਮਾਟਰ। ਹੁਣ ਇਹਨਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਹਿਲਾ ਲਓ, ਮਿਕਸ ਕਰ ਲਓ। ਹੁਣ ਪਾਤਾ ਇਹਨਾਂ ਦੇ ਵਿੱਚ ਆਪਾਂ ਨੇ ਲੂਣ, ਲੂਣ ਪਾ ਕੇ ਤਾਂ 2 ਚਮਚੇ ਲੂਣ ਪਾਉਣਾ। ਕਿਲੋ ਕਰੇਲੇ ਸੀ ਨਾ, ਇਸ ਕਰਕੇ ਉਸ ਹਿਸਾਬ ਨਾਲ ਆਪਣੇ ਪਿਆਜ਼ ਤਿਆਰ ਕਰਨੇ ਆ। ਲਾਲ ਮਿਰਚ ਮਸਾਲਾ ਹੁਣ ਪਾ ਦੇਣੀ, ਹਲਦੀ ਅਤੇ ਮਿਕਸ ਕਰ ਲਓ ਇਹਨੂੰ ਅੱਛੀ ਤਰ੍ਹਾਂ ਐਨ।